एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ ਤੀਜਾ ਚੈਪਟਰ ਜਿਹਦਾ ਨਾਮ ਹੈ ਇੰਟਰਪਰਸਨਲ ਰਿਲੇਸ਼ਨਸ਼ਿਪ, ਯਾਨੀ ਇਨਸਾਨ ਦਾ ਇਨਸਾਨ ਦੇ ਨਾਲ ਕਿਹੋ ਜਿਹਾ ਰਿਸ਼ਤਾ ਹੁੰਦਾ ਹੈ, ਉਹਦੇ ਬਾਰੇ ਆਪਾਂ ਪੜ੍ਹ ਰਹੇ ਸੀ ਤੇ ਹੁਣ ਆਪਾਂ ਕਵਰ ਕਰਨ ਜਾ ਰਹੇ ਹਾਂ ਇਹਦਾ ਬੀ ਪਾਰਟ। ਤਾਂ ਚਲੋ ਸ਼ੁਰੂ ਕਰਦੇ ਹਾਂ। ਬੀ ਪਾਰਟ ਦੇ ਵਿੱਚ ਆਪਾਂ ਪੜ੍ਹਾਂਗੇ ਫੈਮਿਲੀ ਟ੍ਰੀ ਬਾਰੇ। ਜਿਹਦਾ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਪੌਦਾ ਜਿਹੜਾ ਘਰੇ ਲੱਗਿਆ ਹੋਇਆ, ਸਗੋਂ ਸਾਨੂੰ ਇਹ ਦੱਸਿਆ ਗਿਆ ਵੀ ਸਾਡਾ ਜਿਹੜਾ ਪਰਿਵਾਰ ਹੈਗਾ ਉਹ ਇੱਕ ਦਰਖਤ ਵਾਂਗ ਹੈ ਤੇ ਉਸ ਦਰਖਤ ਦੀ ਵੱਖ ਵੱਖ ਟਹਿਣੀਆਂ ਨੇ, ਜੜ੍ਹਾਂ ਨੇ ਤੇ ਉਹਦੀ ਇੱਕ ਸਟੈਮ ਹੈਗੀ ਹੈ। ਚਲੋ ਸ਼ੁਰੂ ਕਰਦੇ ਹਾਂ। ਨਾਓ ਯੂ ਮਸਟ ਹੈਵ ਅੰਡਰਸਟੂਡ ਅਬਾਊਟ ਫੈਮਿਲੀ ਟ੍ਰੀ। ਪਿਛਲੀ ਕਲਾਸ ਦੇ ਵਿੱਚ ਆਪਾਂ ਪਰਿਵਾਰਕ ਰੁੱਖ ਬਾਰੇ ਪੜ੍ਹਿਆ ਸੀ। ਪ੍ਰੋਸੈਸ ਆਫ ਜੈਨਰੇਸ਼ਨ, ਯਾਨੀ ਕਿ ਕੀ ਪ੍ਰਤੀਕਿਰਿਆ ਹੈਗੀ ਹੈ ਪੀੜ੍ਹੀ ਦਰ ਪੀੜ੍ਹੀ ਇਸ ਪੇੜ ਨੂੰ ਜਾਂ ਇਸ ਰੁੱਖ ਨੂੰ, ਇਸ ਦਰਖਤ ਨੂੰ ਅੱਗੇ ਵਧਾਉਣ ਦੀ। ਦ ਫੈਮਿਲੀ ਟ੍ਰੀ ਕੰਟੀਨਿਊਸ ਟੂ ਗਰੋ ਐਂਡ ਦੇਅਰ ਇਜ਼ ਅ ਨੀਡ ਦੈਟ ਬਾਏ ਡਨ ਰਿਸਪੈਕਟ, ਇੱਥੇ ਡਨ ਨਹੀਂ ਆਏਗਾ, ਬਾਏ ਲਵ ਰਿਸਪੈਕਟ ਐਂਡ ਕੇਅਰ ਵੀ ਕੈਨ ਮੇਕ ਦਿਸ ਫੈਮਿਲੀ ਟ੍ਰੀ ਸਟਰੋਂਗ ਐਂਡ ਗ੍ਰੀਨ। ਜਿਹੜਾ ਪਰਿਵਾਰਕ ਰੁੱਖ ਹੈਗਾ ਉਹ ਲਗਾਤਾਰ ਵੱਧਦਾ ਜਾ ਰਿਹਾ ਕਿਉਂਕਿ ਨਵੇਂ ਨਵੇਂ ਰਿਸ਼ਤੇ ਆ ਰਹੇ ਨੇ, ਨਵੇਂ ਨਵੇਂ ਬੱਚੇ ਪੈਦਾ ਹੋ ਰਹੇ ਨੇ ਤੇ ਇਸ ਨੂੰ ਆਪਾਂ ਵਧੇਰਾ ਮਜ਼ਬੂਤ ਤੇ ਹਰਾ ਰੱਖ ਸਕਦੇ ਹਾਂ। ਕਿਹੜੀਆਂ ਚੀਜ਼ਾਂ ਦੇ ਨਾਲ? ਪਿਆਰ ਦੇ ਨਾਲ, ਇੱਜ਼ਤ ਕਰਕੇ ਇੱਕ ਦੂਜੇ ਦੀ ਤੇ ਦੇਖਭਾਲ ਕਰਕੇ ਇਹਨੂੰ ਆਪਾਂ ਵਧੇਰਾ ਵਧੀਆ ਬਣਾ ਸਕਦੇ ਹਾਂ। ਵਿਚ ਮੀਨਸ ਸਟਰੋਂਗ ਬੋਂਡਿੰਗ ਵਿਦ ਇਨ ਐਂਡ ਵਿਦ ਦ ਸੋਸਾਇਟੀ। ਇਸ ਦੀਆਂ ਜੜ੍ਹਾਂ ਵੀ ਮਜ਼ਬੂਤ ਹੋ ਸਕਦੀਆਂ ਨੇ ਜੇ ਆਪਸ ਦੇ ਵਿੱਚ ਪਿਆਰ ਹੋਵੇ ਤੇ ਨਾਲ ਦੀ ਨਾਲ ਇਹਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਜੇ ਆਪਣੇ ਰਿਸ਼ਤੇ ਵੀ ਮਜ਼ਬੂਤ ਹੋਣ, ਵਧੀਆ ਹੋਣ ਤੇ ਨਾਲ ਦੀ ਨਾਲ ਸਮਾਜ ਦੇ ਵਿੱਚ ਵੀ ਅਸੀਂ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਹਾਂ। ਡੀਅਰ ਸਟੂਡੈਂਟਸ, ਐਜ਼ ਅ ਟ੍ਰੀ ਕੰਸਿਸਟ ਆਫ ਰੂਟਸ, ਸਟੈਮ, ਬ੍ਰਾਂਚਿਸ, ਲੀਵਸ, ਫਲਾਵਰਸ ਐਂਡ ਫਰੂਟਸ। ਪਿਆਰੇ ਬੱਚਿਓ, ਵਿਦਿਆਰਥੀਓ, ਜਿਵੇਂ ਕਿ ਇੱਕ ਰੁੱਖ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ? ਜੜ੍ਹਾਂ ਹੁੰਦੀਆਂ ਨੇ, ਰੂਟਸ, ਸਟੈਮਸ ਹੁੰਦੀ ਹੈ, ਇਹ ਹੁੰਦੀ ਹੈ ਉਹਦੀ ਸਟੈਮ, ਬ੍ਰਾਂਚਿਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦੀਆਂ ਤਣੀਆਂ, ਲੀਵਸ ਉਹਦੇ ਤੇ ਪੱਤੇ ਉੱਗਦੇ ਨੇ, ਫਲਾਵਰਸ ਉਹਦੇ ਤੇ ਫੁੱਲ ਉੱਗਦੇ ਨੇ ਤੇ ਨਾਲ ਦੀ ਨਾਲ ਫਰੂਟਸ ਯਾਨੀ ਉਹਦੇ ਤੇ ਫਲ ਲੱਗਦੇ ਨੇ। ਉਵੇਂ ਹੀ ਇਨ ਦ ਸੇਮ ਵੇ ਆਰ ਫੈਮਿਲੀ ਮੈਂਬਰਸ ਕੈਨ ਬੀ ਰੀਪ੍ਰਜੈਂਟਿਡ ਇਨ ਅ ਫੈਮਿਲੀ ਟ੍ਰੀ। ਜਿਵੇਂ ਇੱਕ ਦਰਖਤ ਦਾ ਆਪਾਂ ਐਗਜ਼ਾਮਪਲ ਲਿੱਤਾ ਹੈ, ਉਦਾਹਰਣ ਲਿੱਤਾ ਹੈ, ਉਸੇ ਤਰ੍ਹਾਂ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਵੀ ਇੱਕ ਪਰਿਵਾਰਕ ਰੁੱਖ ਦੇ ਵਿੱਚ ਦਰਸਾਏ ਜਾ ਸਕਦੇ ਨੇ। ਨਾਓ ਲੈਟ ਅਸ ਟ੍ਰਾਈ ਟੂ ਮੇਕ ਯੋਰ ਓਨ ਫੈਮਿਲੀ ਟ੍ਰੀ। ਤਾਂ ਚਲੋ ਹੁਣ ਆਪਾਂ ਆਪਣੇ ਪਰਿਵਾਰਕ ਜਿਹੜਾ ਰੁੱਖ ਹੈਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪੇਸਟ ਮੈਕਸੀਮਮ ਪਿਕਚਰਸ ਆਫ ਯੋਰ ਫੈਮਿਲੀ ਮੈਂਬਰਸ ਫਰੋਮ ਪੇਰੈਂਟਲ, ਯਾਨੀ ਕਿ ਫਾਦਰ ਦੀ ਸਾਈਡ ਤੋਂ ਫੋਟੋਆਂ ਲਗਾਉਣੀਆਂ ਇਹਦੇ ਦੇ ਵਿੱਚ, ਐਂਡ ਮੈਟਰਨਲ ਯਾਨੀ ਕਿ ਮੰਮੀ ਦੀ ਸਾਈਡ ਤੋਂ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹਨਾਂ ਦੀਆਂ ਤਸਵੀਰਾਂ ਲਾ ਕੇ ਆ ਜਿਹੜਾ ਰੁੱਖ ਹੈਗਾ ਇਹਨੂੰ ਆਪਾਂ ਪੂਰਾ ਕਰਨਾ। ਦੇਖੋ ਰੁੱਖ ਦੇ ਵਿੱਚ ਥਾਂ ਦਿੱਤੀ ਹੋਈ ਹੈ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਇੱਥੇ। ਠੀਕ ਹੈ, ਜਿਵੇਂ ਪਾਪਾ ਮੰਮੀ ਹੋ ਗਏ, ਤਾਇਆ ਤਾਈ ਹੋ ਗਏ, ਇੱਥੇ ਚਾਚਾ ਚਾਚੀ ਹੋ ਗਏ, ਬੁਆ ਫੁੱਫੜ, ਮਾਸੀ ਮਾਸੜ ਹੋ ਗਏ, ਮਾਮਾ ਮਾਮੀ ਹੋ ਗਏ, ਨਾਲ ਦੀ ਨਾਲ ਇੱਥੇ ਹੋਰ ਜਿਹੜੇ ਆਪਣੇ ਰਿਸ਼ਤੇਦਾਰ ਹੈਗੇ ਨੇ, ਅੰਕਲ ਆਂਟੀ, ਉਹਨਾਂ ਦੀਆਂ ਤਸਵੀਰਾਂ ਵੀ ਲਾਈਆਂ ਜਾ ਸਕਦੀਆਂ ਨੇ, ਨਾਂ ਲਿਖੇ ਜਾ ਸਕਦੇ ਨੇ, ਜਿਹਦੇ ਕਰਕੇ ਤੁਸੀਂ ਇਸ ਰੁੱਖ ਨੂੰ ਪੂਰਾ ਕਰ ਸਕਦੇ ਹੋ। ਇਹ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਉੱਥੇ ਵੀ ਤੁਸੀਂ ਫੋਟੋ ਲਾ ਸਕਦੇ ਹੋ ਤੇ ਇੱਥੇ ਜਿਹੜੀ ਸਟੈਮ ਹੈਗੀ ਹੈ ਜੋ ਕਿ ਹੋਣਗੇ ਤੁਹਾਡੇ ਦਾਦਾ ਦਾਦੀ ਨਾਨਾ ਨਾਨੀ, ਉਹਨਾਂ ਦੀਆਂ ਤਸਵੀਰਾਂ ਲਾ ਕੇ ਤੁਸੀਂ ਇਸ ਦਰਖਤ ਨੂੰ ਪੂਰਾ ਕਰ ਸਕਦੇ ਹੋ। ਤੇ ਇੱਥੇ ਲਿਖਿਆ ਹੈ, ਸਟੂਡੈਂਟਸ ਨਰਿਸ਼ ਦਿਸ ਫੈਮਿਲੀ ਟ੍ਰੀ ਵਿਦ ਲਵ ਐਂਡ ਰਿਸਪੈਕਟ। ਪਿਆਰੇ ਬੱਚਿਓ, ਇਸ ਦਰਖਤ ਨੂੰ ਸਤਿਕਾਰ ਪਿਆਰ ਦੇ ਨਾਲ ਇਹਦਾ ਪੋਸ਼ਣ ਕਰਿਓ, ਇਹਦੀ ਦੇਖ ਰੇਖ ਕਰਿਓ। ਯੂ ਵਿਲ ਇੰਜੋਏ ਦ ਟੇਸਟ ਆਫ ਸਵੀਟ ਫਰੂਟਸ ਆਫ ਇਟ। ਜੇ ਇਹਦੀ ਦੇਖ ਰੇਖ ਧਿਆਨ ਨਾਲ ਕਰੋਗੇ ਤਾਂ ਇਹਦੇ ਜਿਹੜੇ ਫਲ ਹੈਗੇ ਨੇ ਉਹਨਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਕਹਿਣ ਦਾ ਮਤਲਬ ਸਾਰੇ ਰਿਸ਼ਤਿਆਂ ਨੂੰ ਸਾਂਭ ਕੇ ਜ਼ਰੂਰ ਰੱਖਿਓ, ਪਿਆਰ ਨਾਲ ਇਹਦੀ ਸਿੰਚਾਈ ਕਰਿਓ। ਤੇ ਇਹ ਸੀਗੀ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਇਹਦਾ ਸੀ ਪਾਰਟ ਪੜਾਂਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।